ਸੋ ਗਾਇਸ ਕੀ ਹਾਲ ਚਾਲ ਵੈਲਕਮ ਟੂ ਦਾ ਵਲੌਗ ਅਤੇ ਅੱਜ ਦਾ ਵਲੌਗ ਸਾਡਾ ਰਾਤ ਤੋਂ ਸ਼ੁਰੂ ਹੋਇਆ ਕਿਉਂਕਿ ਰਾਤ ਦੇ ਵੱਜ ਚੁੱਕੇ ਆ ਡੇਢ ਅਤੇ ਯੂ ਨੋ ਫਿਰ ਮਿਡਨਾਈਟ ਕਰੇਵਿੰਗਸ ਜਾਗ ਗਈਆਂ ਮੇਰੇ ਅਤੇ ਮੇਰੇ ਭਰਾ ਦੀਆਂ ਮੇਰਾ ਭਰਾ ਮੇਰੇ ਪਿੱਛੇ ਖੜ੍ਹਾ ਅਤੇ ਆਪਾਂ ਬਣਾਇਆ ਅੱਜ ਫਿਰ ਚਿਕਨ ਅਤੇ ਇਹਦੀ ਬਣਾਈ ਬਿਲਕੁਲ ਸਪੈਸ਼ਲ ਰੈਸਿਪੀ ਅਤੇ ਮੈਂ ਤੁਹਾਡੇ ਨਾਲ ਸ਼ੇਅਰ ਕਰੀਏ ਸਪੈਸ਼ਲ ਰੈਸਿਪੀ ਗਾਇਸ ਆ ਦੇਖੋ ਚਿਕਨ ਬਣ ਚੁੱਕਾ ਵਾ ਅਤੇ ਇਹ ਕੁਛ ਨਹੀਂ ਕੀਤਾ ਬਸ ਅਸੀਂ ਲਿਆਇਆ ਬੋਨਲੈਸ ਚਿਕਨ ਥਾਈਸ ਅਤੇ ਉਹਦੇ ਵਿੱਚ ਆਪਾਂ ਪਾਈ ਆ ਉਹ ਸਪਾਈਸੀ ਹੈਬਨੇਰੋ ਤੁਹਾਨੂੰ ਸਪਾਈਸੀ ਹੈਬਨੇਰੋ ਦਿਖਾ ਦਿੰਦੇ ਹਾਂ ਇਹ ਆਹ ਦੇਖੋ ਅਸੀਂ ਆਹ ਲਿਆਏ ਸੀ ਇਹ ਬਹੁਤ ਸਪਾਈਸੀ ਆ ਅਤੇ ਥੋੜ੍ਹੀ ਘੱਟ ਪਾਈ ਆਪਾਂ ਥੋੜ੍ਹੀ ਜ਼ਿਆਦਾ ਪਾ ਲਈ ਸੀ ਤਾਂ ਸਪਾਈਸੀ ਬਣ ਗਿਆ ਅਤੇ ਸਪਾਈਸੀ ਹੈਬਨੇਰੋ ਪਾ ਕੇ ਤੁਸੀਂ ਫਰੋਜ਼ਨ ਮੈਂਗੋ ਆਉਂਦੇ ਆ ਅਤੇ ਮੈਂਗੋ ਦਾ ਤੁਸੀਂ ਸਮੂਦੀ ਬਣਾ ਦੇਣੀ ਆ ਅਤੇ ਸਮੂਦੀ ਕਾਗੇ ਵਿੱਚ ਪਾਣੀ ਆ ਫਿਰ ਆਮਚੂਰ ਦਾ ਪਾਊਡਰ ਪਾਉਣਾ ਵਾ ਅਤੇ ਹੋਰ ਬਾਕੀ ਮੈਂ ਭੁੱਲ ਗਿਆ ਮੈਂ ਭਰਾ ਦੇ ਸੁਗਾ ਅੱਗੇ ਹੋਰ ਕੀ ਪਾਉਣਾ ਵਾ ਨਮਕ ਨਮਕ ਮਿਰਚ ਮਿਰਚ ਨਿੰਬੂ ਨਿੰਬੂ ਥੋੜ੍ਹੀ ਸ਼ੱਕਰ ਜੇ ਜ਼ਿਆਦਾ ਮਿਰਚ ਹੋ ਜੇ ਤਾਂ ਸ਼ੱਕਰ ਥੋੜ੍ਹੀ ਅਤੇ ਤੁਹਾਡਾ ਚਿਕਨ ਹੋ ਜੂਗਾ ਸਵਾਦ ਸਵਾਦ ਤਿਆਰ ਅਤੇ ਫਿਲਹਾਲ ਆਪਾਂ ਚਿਕਨ ਬਣਾ ਲਿਆ ਅਤੇ ਤੌਰਤੀਆ ਆ ਗਿਆ ਹੋਇਆ ਵਾ ਅਤੇ ਹੁਣ ਵਿੱਚ ਪਾਉਂਗੇ ਆਪਾਂ ਚੀਜ਼ ਅਤੇ ਬਣਾਉਂਗੇ ਤੌਰਤੀਆ ਅਤੇ ਖਾਉਂਗੇ ਸਵਾਦ ਸਵਾਦ ਅਤੇ ਮੀਨਵਾਈਲ ਸਾਡੇ ਪਿੱਛੇ ਚੱਲ ਰਿਹਾ ਨਾਲ ਨਾਲ ਚਿਪਸਾ ਹੋਏ ਬੜੀ ਸਵਾਦ ਚੀਜ਼ ਆ ਜੇ ਤੁਸੀਂ ਇੱਥੇ ਹੈਗਾ ਤਾਂ ਜ਼ਰੂਰ ਖਾਇਓ ਐਂਡ ਚੀਜ਼ ਗੱਲਬਾਤ ਅਤੇ ਆਹ ਵੀ ਮਿਕਸਚਰ ਤਿਆਰ ਆ ਇਹ ਮੇਰੇ ਭਰਾ ਨੇ ਸਪੈਸ਼ਲ ਕੱਟ ਕੀਤੇ ਆਪਣੇ ਹੱਥਾਂ ਨਾਲ ਹਾਏ 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 ਜੇ ਮੇਰੇ ਭਰਾ ਨੇ ਕੀ ਕਹਿੰਦੇ ਕੋਈ ਕੁੜੀ ਡੀ ਐਮ ਕਰਨਾ ਚਾਹੇ ਤਾਂ ਕਰ ਸਕਦੀ ਉਹਦੇ ਵਿਆਹ ਦੀ ਉਮਰ ਹੋ ਗਈ ਆ ਹਾਂਜੀ ਅਤੇ ਫਿਲਹਾਲ ਆਪਾਂ ਇੰਜੋਏ ਕਰੀਏ ਸੋ ਗਾਈਸ ਲੇਟ ਨਾਈਟ ਫੂਡ ਕਰੇਵਿੰਗ ਜ਼ੋਰ ਸ਼ੋਰ ਤੇ ਚੱਲ ਰਹੀ ਆ ਅਤੇ ਤੌਰਤੀਲਾ ਤੌਰਤੀਆ ਬਣ ਰਹੇ ਆ ਆਪਾਂ ਦੋਵਾਂ ਨੇ ਇੱਕ ਖਾ ਚੁੱਕੇ ਆ ਅਤੇ ਦੋ ਦੋ ਬਣ ਰਹੇ ਆ ਸੈਕਿੰਡ ਸੈਕਿੰਡ ਅਤੇ ਐਡਾ ਸਵਾਦ ਬਣਿਆ ਨਾ ਬਰੋ ਤੁਹਾਨੂੰ ਕਿੱਦਾਂ ਲੱਗਾ ਆ ਰਿਐਕਸ਼ਨ ਦਾ ਬਹੁਤ ਸਵਾਦ ਆ ਬਹੁਤ ਸਵਾਦ ਆ ਅਤੇ ਬਣਾਇਆ ਕਿੰਨੇ ਆ ਤੁਸੀਂ ਚਲੋ ਕੋਈ ਨਹੀਂ ਬਸ ਬਣ ਰਿਹਾ ਵਾ ਅਤੇ ਆਪਾਂ ਹੁਣ ਫਿਰ ਅਵਲਾ ਵਲੌਗ ਕਰਾਂਗੇ ਕੱਲ੍ਹ ਨੂੰ ਕੰਟੀਨਿਊ ਅਤੇ ਆਪਾਂ ਖਾ ਕੇ ਹੁਣ ਸੋ ਜਾਣਾ ਇਸ ਕਰਕੇ ਬਾਏ ਬਾਏ ਗਾਈਸ ਸੋ ਹੈਲੋ ਗਾਈਸ ਕੀ ਹਾਲ ਚਾਲ ਅਤੇ ਕੋਈ ਅਪਡੇਟ ਅਤੇ ਰਾਤ ਤੋਂ ਬਾਅਦ ਆਪਾਂ ਸਿੱਧਾ ਆ ਗਏ ਅਗਲੇ ਦਿਨ ਦੀ ਰਾਤ 'ਤੇ ਕਿਉਂਕਿ ਪੂਰਾ ਦਿਨ ਅੱਜ ਆਪਾਂ ਕੰਮ 'ਤੇ ਸੀਗੇ ਅਤੇ ਫਿਲਹਾਲ ਸਾਨੂੰ ਮਚਾਨਾ ਜੁੜ ਚੁੱਕਿਆ ਇੰਟਰਨੈਸ਼ਨਲ ਸਕਸੈਸ ਜੁੜ ਚੁੱਕਿਆ ਇੰਟਰਨੈਸ਼ਨਲ ਸਟੂਡੈਂਟ ਦੁਬਾਰਾ ਤੋਂ ਅਤੇ ਸਾਨੂੰ ਪਿੱਕ ਕਰਨ ਲੱਗ ਗਏ ਸੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਮੈਂ ਬਹੁਤ ਥੱਕ ਗਿਆ ਸੀ ਬਰੋ 8 ਘੰਟੇ ਸ਼ਿਫਟ ਲਾ ਗਏ ਉਹ ਬੜਾ ਵਾਇਰਲ ਹੋਇਆ ਇੱਕ ਬੱਚਾ ਅਲਵਿਸ਼ ਬਾਈ ਵਾਲਾ ਕੀ ਪਤਾ ਤੁਸੀਂ ਦੇਖਿਆ ਅਤੇ ਫਿਲਹਾਲ ਆਪਾਂ ਮੈਂ ਅਪਡੇਟ ਦੇ ਦਈਏ ਅਤੇ ਆਪਾਂ ਅੱਜ ਕੰਮ 'ਤੇ ਸੀ ਪੂਰੇ ਦਿਨ ਤਾਂ ਕਰਕੇ ਵਲੌਗ ਹੋਇਆ ਨਹੀਂ ਆ ਪਰ ਕੱਲ੍ਹ ਦੇ ਵਲੌਗ ਕੱਲ੍ਹ ਆਪਾਂ ਜਾਣਾ ਕਾਲਜ ਅਤੇ ਕੱਲ੍ਹ ਬਣਾਉਂਗੇ ਆਪਾਂ ਪ੍ਰੋਪਰ ਵਲੌਗ ਅਤੇ ਕੀ ਕਹਿੰਦੇ ਉੱਥੇ ਥੋੜ੍ਹੇ ਬਹੁਤੇ ਜਿਹੜੇ ਮੇਰੇ ਕਮੈਂਟਸ ਆਏ ਉਹਦਾ ਵੀ ਮੈਂ ਦਊਂਗਾ ਤੁਹਾਨੂੰ ਰਿਪਲਾਈ ਅਤੇ ਫਿਲਹਾਲ ਆਪਾਂ ਚੱਲੇ ਹਾਂ ਆਪਾਂ ਚੱਲੇ ਇੱਥੇ ਆਪਾਂ ਮੁੰਡਾ ਲੱਭਣ ਚੱਲੇ ਹਾਂ ਅਤੇ ਤੁਹਾਨੂੰ ਮਿਲਦੇ ਹਾਂ ਫਿਰ ਆਪਾਂ ਨੈਕਸਟ ਕੱਟ ਵਿੱਚ ਉਹ ਬੋਂਦਲ ਗਿਆ ਉਸਤਾਦ ਤੇਰੀ ਉਹ ਤੇਰੀ ਉਹ ਪਿੱਛੇ ਧੱਕਾ ਲੱਗਦਾ ਰੇ ਉੱਥੇ ਵੀ ਤੇਜ਼ ਆ ਗੱਡੀ V6 ਇੰਜਨ ਬ੍ਰੋ ਉਹ ਧੱਕਾ ਲੱਗਦਾ ਫਿਰ ਖਿੱਚਦਾ ਦਾ ਚੱਲ ਚਲੋ ਮਿਲਦੇ ਫਿਰ ਆਪਾਂ ਤੁਹਾਨੂੰ ਜਾਂ ਤਾਂ ਕੱਲ੍ਹ ਮਿਲਾਂਗੇ ਜਾਂ ਜੇ ਕੁਛ ਸਾਨੂੰ ਅਪਡੇਟ ਮਿਲਾ ਤੁਹਾਨੂੰ ਆਪਾਂ ਅਪਡੇਟ ਕਰਦੇ ਰਹੋਗੇ ਚਲੋ ਓਕੇ ਬਾਏ ਗਾਈਸ ਟੇਕ ਕੇਅਰ ਸੋ ਗਾਈਸ ਆਪਾਂ ਇਸੀ ਘੁੰਮ ਘੁਮਾ ਕੇ ਅੱਜ ਆਪਾਂ ਮੋਮੋਸ ਖਾ ਗਏ ਉੱਥੇ ਪਰ ਮੈਂ ਵਲੌਗ ਨਹੀਂ ਕੀਤਾ ਅਤੇ ਹੁਣ ਆਪਾਂ ਰੁਕੇ ਆ ਮੈਕਡੋਨਲਡਸ ਕਿਉਂਕਿ ਭਾਈ ਨੂੰ ਭੁੱਖ ਲੱਗੀ ਹੈ ਅਤੇ ਸਾਡਾ ਆਈਸਕ੍ਰੀਮ ਤੁਹਾਡੀ ਤੁਹਾਨੂੰ ਪਤਾ ਅਡਿਕਟਿਵ ਬਹੁਤ ਹੈ ਮੈਕਡੋਨਲਡਸ ਦੀ ਅਤੇ ਰਾਤ ਨੂੰ ਚਿਲ ਕਰਦੇ ਕਰਦੇ ਜਾ ਰਹੇ ਆਪਾਂ ਫਿਰ ਘਰੇ ਕਿਹੜੀ ਜਾ ਰਹੇ ਵੈਸੇ ਆਪਾਂ ਫਿਰ ਮਾਸੀ 3 ਫੋਨ ਆ ਚੁੱਕੇ ਆ ਤੁਰੋ ਚੁੱਪ ਚਾਪ ਹਾਂਜੀ ਮੈਂ ਤੈਨੂੰ ਮੈਂ ਦੌੜ ਕੇ ਚਲ ਜਾਣਾ ਤੇਰੇ ਤੋਂ ਪਹਿਲਾਂ ਪਹੁੰਚ ਜੂ ਚੱਲ ਓਕੇ ਅਤੇ ਗਾਈਸ ਮੈਂ ਕਿਹਾ ਸੀਗਾ ਜੀ ਅਪਡੇਟ ਹੋਊਗਾ ਦੇ ਦਾਂਗੇ ਅਤੇ ਅਪਡੇਟ ਆਹ ਵਾ ਕਿ ਬਸ ਆਪਾਂ ਘਰੇ ਜਾ ਰਹੇ ਹਾਂ ਵਲੌਗ ਕਰਨ ਨੂੰ ਕੁਛ ਹੈ ਨਹੀਂ ਅੱਧੀ ਵਲੌਗ ਬਣਾਉਣਾ ਪੈਂਦਾ ਬਰੋ ਲਾਈਫ ਸਟਾਈਲ ਆ ਆਪਾਂ ਕੀ ਕਰਦੇ ਹੋਈ ਦਿਖਾਉਂਗੇ ਹੋਰ ਕੀ ਆ ਖਾਲਾ ਟੂ ਚਲੋ ਗਾਈਸ ਚਲੀ ਖੋਲ ਲੈ ਇਹਨੂੰ ਉਹ ਸੋਰੀ ਓਕੇ ਆ ਕਿਹਦੀ ਗੱਡੀ ਖੋਲਣ ਲੱਗ ਪਿਆ ਯਾਰ ਵਾਟ ਦ ਫੱਕ ਤੂੰ ਗੱਡੀ ਸੇਮ ਸੇਮ ਰੱਖੀ ਆ ਵੈਸੇ ਗਲਤ ਗੱਡੀ ਖੋਲ ਕੇ ਖੋਲਣ ਲੱਗਾ ਸੀਗਾ ਹੋਰ ਉਹਦੇ ਸਾਰੇ ਵੱਜਣ ਲੱਗ ਪੈਂਦੇ ਚਲੋ ਹੁਣ ਘਰ ਚੱਲ ਜਾ ਸਿੱਧਾ ਓਕੇ ਬਾਏ ਸੋ ਹੈਲੋ ਗਾਈਸ ਵੈਲਕਮ ਬੈਕ ਟੂ ਦਾ ਵਲੌਗ ਅਤੇ ਅੱਜ ਦਾ ਵਲੌਗ ਕੋਈ ਡਿਫਰੈਂਟ ਹੋਊਗਾ ਕਿਉਂਕਿ ਅੱਜ ਮੈਂ ਸੋਚਿਆ ਆਪਾਂ ਬਣਾਉਂਦੇ ਹਾਂ ਲਾਈਫ ਸਟਾਈਲ ਵਲੌਗ ਅਤੇ ਬੇਸਿਕਲੀ ਅੱਜ ਆਪਾਂ ਆਪਣੇ ਦਿਖਾਉਂਗੇ ਡੇਲੀ ਰੂਟੀਨ ਆਪਾਂ ਕੀ ਕਰੀਦਾ ਵਾ ਅਤੇ ਡੇਲੀ ਵਲੌਗ ਟਾਈਪ ਜਿੱਦਾਂ ਹੁੰਦਾ ਨਾ ਉਹਦੇ ਅੱਜ ਆਪਾਂ ਲਾਈਫ ਸਟਾਈਲ ਵਲੌਗ ਬਣਾਉਂਗੇ ਅਤੇ ਅੱਜ ਫਿਰ ਅਸੀਂ ਕਿਹਾ ਆਹ ਵੀ ਕਰਕੇ ਦੇਖ ਲੈਂਦੇ ਹਾਂ ਅਤੇ ਤਾਂ ਕਰਕੇ ਅੱਜ ਆਪਾਂ ਫਿਰ ਵਲੌਗ ਸ਼ੁਰੂ ਕਰਤਾ ਸਵੇਰੇ ਸਵੇਰੇ ਆਪਾਂ ਉੱਠ ਕੇ ਨਹਾ ਧੋ ਕੇ ਤਿਆਰ ਸ਼ਿਆਰ ਹੋ ਕੇ ਆਪਾਂ ਪਹੁੰਚ ਚੁੱਕੇ ਹਾਂ ਬੱਸ ਸਟੋਪ ਅਤੇ ਹੁਣ ਬੱਸ ਦੀ ਬਸ ਵੇਟ ਆ ਕਿਉਂਕਿ ਅੱਜ ਹੈਗਾ ਸਾਡਾ ਕਾਲਜ ਅਤੇ ਸਾਡਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਾਲਜ ਹੁੰਦਾ ਵਾ ਕਿਉਂਕਿ ਆਪਾਂ ਦੋ ਦਿਨ ਸਿਰਫ ਕਾਲਜ ਜਾਈਦਾ ਵਾ ਦੋ ਦਿਨ ਦਾ ਸਕੈਡਿਊਲ ਚੱਕਿਆ ਅਤੇ ਸਾਡੀ ਬੱਸ ਆ ਗਈ ਆ ਕਿ ਨਹੀਂ ਆਈ ਆ ਇਹ ਤਾਂ ਨੋਟ ਇਨ ਸਰਵਿਸ ਆ ਅਤੇ ਆਹ ਦੇਖੋ ਨੋਟ ਇਨ ਸਰਵਿਸ ਹੀ ਪਤਾ ਨਹੀਂ ਕਿਹਾ ਅਤੇ ਸਾਡੀ ਬੱਸ ਹੈਗੀ ਹੋਰ 5 ਮਿੰਟ ਵਿੱਚ ਅਤੇ ਬਸ ਆਪਾਂ ਜਾਊਂਗੇ ਹੁਣ ਕਾਲਜ
ਤੇ ਕਾਲਜ ਜਾ ਕੇ ਫਿਰ ਜੋ ਜੋ ਹੁੰਦਾ ਵਾ ਤੁਹਾਨੂੰ ਇਹਨੀ ਕਲਾਸ ਵੀ ਮਾਹੌਲ ਦਿਖਾਉਂਗੇ ਤੇ ਅੱਜ ਪੂਰਾ ਕਾਲਜ ਦਾ ਮਾਹੌਲ ਦਿਖਾਉਂਗੇ ਪੂਰਾ ਜੋ ਆਪਾਂ ਦੇਖਦੇ ਆ ਨਾ ਆਪਣੀ ਲਾਈਫ ਤੇ ਤੁਹਾਨੂੰ ਕੈਮਰੇ ਨਾਲ ਅਸੀਂ ਆਪਣੀ ਲਾਈਫ ਦਿਖਾਉਂਗੇ ਸੋ ਗਾਇਸ ਗੈਟ ਰੈਡੀ ਤੇ ਅੱਜ ਦਾ ਵਲੌਗ ਹੋ ਚੁੱਕਾ ਸਟਾਰਟ ਤੇ ਮਿਲਦੇ ਫਿਰ ਤੁਹਾਨੂੰ ਅਗਲੇ ਕੱਟ ਵਿੱਚ ਬਸ ਆਉਂਦੀ ਆ ਤਾਂ ਓਕੇ ਬਾਏ ਗਾਈਸ ਇੱਥੇ ਆਪਾਂ ਕੁਛ ਨਾ ਕੁਛ ਲਿਖਣਾ ਵਾ ਆਪਣੇ ਵਿਚਾਰ ਅਤੇ ਸਾਰੇ ਸਟੈਪਸ ਫੋਲੋ ਕਰਨੇ ਹਾਂਜੀ ਸੋ ਗਾਈਸ ਇੱਥੇ ਲਿਖਣਾ ਸੀਗਾ ਕਿ ਟਿਟੀ ਜੋ ਵੀ ਇਹਦਾ ਮੀਨਸ ਕੀ ਆਪਾਂ ਲਿਖਤਾ ਆ ਬੀਂਗ ਗ੍ਰੇਟਫੁਲ ਐਂਡ ਪੀਸ ਹੁਣ ਅੱਗੇ ਦੇ ਕੀ ਕਰਨਾ ਸੋ ਗਾਈਸ ਇੱਥੇ ਨਾ ਆਪਾਂ ਦਿਲ ਬਣਾਉਣੇ ਆ ਅਤੇ ਬਣਾਉਂਦੇ ਹਾਂ ਕੁਛ ਆਪਾਂ ਬਣਾਇਆ ਨਾ ਕਿ ਨਹੀਂ ਹੈ ਮੁਸ਼ਕ ਮਾਰਨ ਡਿਆ ਹੈ ਉਹ ਲੈ ਲੰਮਾ ਹੀ ਪੈ ਗਿਆ ਮਜ਼ੇ ਲੈਣ ਡਿਆ ਦੇਖੋ ਗਾਈਸ ਇਹਦਾ ਵਾਟਸ ਹਿਸ ਨੇਮ ਜ਼ਾਇਆ ਹਰ ਨੇਮ ਯੋਗਸ ਗਰਲਫ੍ਰੈਂਡ ਯਾ ਨੋ ਨੋ ਮੇਬੀ ਯੂ ਨਿਊ ਗਰਲਫ੍ਰੈਂਡ ਯੋਗਰ ਹੈਵ ਲੋਟਸ ਆਫ ਗਰਲਫ੍ਰੈਂਡ ਯਾ ਹੀ ਟੋਲਡ ਮੀ ਕੀ ਹਾਲ ਚਾਲ ਤੇ ਸੋਚਿਆ ਤਾਂ ਸੀਗਾ ਡੇਲੀ ਵਲੌਗ ਬਣਾਉਂਗੇ ਪਰ ਥੋੜ੍ਹਾ ਪੋਪਟ ਹੋ ਚੁੱਕਾ ਵਾ ਕਿਉਂਕਿ ਅੱਜ ਪੂਰਾ ਦਿਨ ਕਲਾਸਾਂ ਸੀ ਅਤੇ ਸਾਡੀ ਬ੍ਰੇਕ ਵਾਲੇ ਦਿਨ ਸਾਡੇ ਹੋਰ ਜ਼ਰੂਰੀ ਕੰਮ ਸੀਗਾ ਅਤੇ ਤਾਂ ਕਰਕੇ ਆਪਾਂ ਵਲੌਗ ਬਣਾਇਆ ਨਹੀਂ ਅਤੇ ਹੁਣ ਫਾਈਨਲੀ ਆਪਾਂ ਹੋ ਚੁੱਕੇ ਹਾਂ ਵਿਹਲੇ ਅਤੇ ਵਿਹਲੇ ਹੁੰਦੇ ਹੁੰਦੇ ਗਾਈਸ ਵੱਜ ਚੁੱਕੇ 5:15 ਅਤੇ ਆਪਾਂ ਚੱਲੇ ਹੁਣ ਸਿੱਧਾ LRT ਸਟੇਸ਼ਨ ਕੀ ਆ ਵਲੌਗ ਕਰ ਰਿਹਾ ਵਾਂ ਅਤੇ ਆਪਾਂ ਚੱਲੇ ਸਿੱਧਾ LRT ਸਟੇਸ਼ਨ ਅਤੇ ਤੁਹਾਨੂੰ ਜਾ ਕੇ ਮਿਲਦੇ ਹਾਂ ਅਤੇ ਟ੍ਰੇਨ ਦਾ ਦੇਖੋ ਵਲੌਗ ਚ ਆਉਣ ਦੇ ਸ਼ੌਕੀਨ ਅੱਜ ਸਿੱਧਾ ਕਹਿੰਦੇ ਵਲੌਗ ਚ ਲੈ ਲਓ ਤੁਸੀਂ ਫੇਮਸ ਹੋਣਾ ਚਾਹੁੰਦੇ ਹੋ ਹਾਂਜੀ ਸਬਸਕ੍ਰਾਈਬ ਕੀਤਾ ਹਾਂਜੀ ਲਾਈਕ ਕੀਤਾ ਹਾਂਜੀ ਕਮੈਂਟ ਕੀਤਾ ਹਾਂਜੀ ਇੰਸਟਾ 'ਤੇ ਫੋਲੋ ਕੀਤਾ ਹਾਂਜੀ ਬਸ ਠੀਕ ਆ ਚਲੋ ਚਲੀਏ ਭਾਈ ਤੁਸੀਂ ਕੀਤਾ ਸਭ ਕੁਛ ਸਭ ਕੁਛ ਕੀਤਾ ਭਾਈ ਸਭ ਕੁਛ ਕੀਤਾ ਪਰ ਤੁਸੀਂ ਸਾਨੂੰ ਵਿੱਚੋਂ ਮਾੜੇ ਪੇਮੈਂਟ ਦੇ ਪੈਸੇ ਦਿੱਤੇ ਨਹੀਂ ਮਾੜੇ ਅਸੀਂ ਪੈਸੇ ਮੰਗੇ ਤੁਹਾਡੇ ਤੋਂ ਉਹ ਪੇਮੈਂਟ ਆਈ ਨਹੀਂ ਬ੍ਰੋ ਦੇਖ 17.5 cents ਆਏ ਸੀ ਕਿੰਨੇ 17.5 17.5 ਤੇ ਕਿ ਭਰਾ ਨੂੰ 5 ਨਹੀਂ ਦੇ ਸਕਦੇ ਨਹੀਂ ਮੈਂ 5 ਦਾ ਫੋਕ ਲੈਤਾ ਸੀ ਨਾ ਤੈਨੂੰ ਖਾਣ ਲਈ ਕਿਹੜਾ ਫੋਕ ਵੁੱਡਨ ਦਾ ਲੱਤਾ ਭਾਜੀ ਝੂਠ ਬੋਲਦੇ ਪਏ ਵਲੌਗ ਦੇ ਵਿੱਚ ਕੱਟ ਕਰ ਦਾਂਗੇ ਕੱਟ ਤੇ ਇੱਥੇ ਇੱਕ ਕੁੱਤਾ ਵੀ ਹੈਗਾ ਵਾ ਤੇ ਉਹਨੂੰ ਮਿਲਣ ਗਈ ਹਾਈ ਕੁੱਤਾ ਮਿਲ ਗਿਆ ਗਰ 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 ਕਰ ਲਿਆ ਓਏ ਛੋਟੂ What's her name? Nora. Nora. Say hello. ਕਿੱਦਾਂ ਸਤਾਦ? ਯਾ ਚਲ ਗਰ 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 ਕਰਨ ਡਿਆ। ਕੁੜੀਆ। ਉਹ ਤੇਰੀ ਆ। Say hello guys. ਅਦੀ ਪਹੁੰਚ ਕਿੱਥੇ ਆ? Nora. Nora. It is Nora. Yeah, Nora. ਕੀ ਸੁਣਨ ਨਹੀਂ ਆ? What okay, thank you. Bye. You like you? Yeah, every girl likes me. In actual, he likes everyone. Yeah. No, bye. Bye. Have a good day. Have a good one. Yeah. You too. Bye, Nora. Yar, mainu na. Yar, mainu chote hunde te siga ki mainu koi Nora naari kudi mere mil gayi. But Nora. Thodi thodi ya. Oh, hai bhi bina poochali ja. Bitch. Yar, kya poochi? You want bitch? Nora na the bitch. You want. Oh, chalo yar, kinna bolde ho. Ab idhar chalde ha. ਸੋ ਗਾਈਸ ਆਪਾਂ ਨਿਕਾ ਨਿਕਾ ਸਰਵੇ ਲੈਣ ਲੱਗੇ ਭਾਈ ਤੇ ਕਿੱਥੋਂ ਦੇ ਹੋ ਲੁਧਿਆਣਾ ਤੁਸੀਂ ਲੁਧਿਆਣਾ ਤੂੰ ਇਹ ਕੱਲੇ ਪਤਾ ਨਹੀਂ ਕਿੱਥੇ ਦੇ ਆਹੋ ਗਾਈਸ ਸਾਰੇ ਨਾਰਕੈਸਟ ਅੱਧੀ ਜਨਤਾ ਜਿਹੜੀ ਹੈਗੇ ਲੁਧਿਆਣੇ ਤੋਂ ਹੀ ਆ ਤੇ ਜਿਹੜੇ ਨਾਰਕੈਸਟ ਆ ਜਿਹੜੀ ਅੱਗੇ ਜਾ ਰਹੀ ਤੂੰ ਕਿੱਥੋਂ ਆ ਦਵਾਜ ਤਾਂ ਲੈ ਸਕਦੇ ਆਹੋ ਤੇਰੀ ਨੂੰ ਸਾਰੇ ਗਵਾਂਢੀਆਂ ਦੱਸ ਦੇ ਕੈਮਰਾ ਕੌਨਸ਼ੀਅਸ ਆ ਵੌਇਸ ਕੌਨਸ਼ੀਅਸ ਸਾਰੇ ਕੀ ਕਹਿੰਦੇ ਇਹ ਲੁਧਿਆਣੀ ਜਨਤਾ ਭਰੀ ਆ ਤੇ ਬਸ ਮੈਂ ਤਾਂ ਦੂਜਾ ਲੁਧਿਆਣਾ ਬਣ ਜਾਣਾ ਉੱਥੇ ਆ ਮਾਲਵਾ ਮਾਲਵਾ ਇਹ ਮਾਲਵਾ ਬੈਲਟ ਮਾਲਵਾ ਬੈਲਟ ਚਲੋ ਯਾਰ ਜਲਦੀ ਓ ਯਾਰ ਇਹ ਖਾਸ ਹੀ LRT ਇੱਥੋਂ ਵੜ ਜਾਣਾ ਗਾਣਾ ਨਹੀਂ ਸੁਣਿਆ ਸੀ ਓਏ ਦੇ ਦਾ ਪਿੱਛਿਓਂ ਤਾਂ ਮਾਲਵਾ ਬੈਲਟ ਗੋਰੀ ਏ ਪਰ ਲੱਕੀ ਉੱਤੇ LV ਦੀ ਲਾਈ ਹੋਈ ਆ ਜਸਟ ਮੈਂ ਮੋਢੇ ਦੇ ਬੈਕਸ ਕਰ ਗਿਆ ਹੀ ਮੌਕਾ ਰੜੀ ਛੱਡਦਾ ਬ్రో ਕਿੱਥੇ ਚੱਲੇ ਅੱਛਾ ਇੱਧਰ 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 ਸੋ ਗਾਈਸ ਵੱਡੀਆਂ ਵੱਡੀਆਂ ਬਿਲਡਿੰਗਾਂ 'ਚ ਆਪਾਂ ਘੁੰਮ ਰਹੇ ਆ ਤੁਸੀਂ ਕਦੀ ਸੋਚਿਆ ਹੀ ਤੁਸੀਂ ਕੀ ਕਹਿੰਦੇ ਕੈਨੇਡਾ ਵਰਗੀ ਮਹਾਨ ਧਰਤੀ ਤੇ ਪੈਰ ਰੱਖੋਗੇ ਗਾਈਸ ਆਪਾਂ ਹੁਣ ਚੱਲੇ ਆ ਅੰਡਰਗਰਾਊਂਡ ਇਹ ਚੈੱਕ ਕਰੋ ਸਾਰੇ ਪੋਸਟ ਮਾਰੇ ਖਤਰਨਾਕ ਖਤਰਨਾਕ ਜਿਹਾ
ਹਾਂ ਬਸ ਬਸ ਚਲੋ ਚਲੀਏ ਸੋ ਗਾਇਸ ਜੇ ਤਾਂ ਨਹੀਂ ਪਤਾ ਤਾਂ ਦੱਸ ਦਈਏ ਜਿਹੜੇ ਭਾਈ ਹੋਰੀ ਬੋਲੋ ਜਿਹੜੇ ਐਲਆਰਟੀ ਸਟੇਸ਼ਨ ਆ ਉਹ ਅੰਡਰਗਰਾਉਂਡ ਹੁੰਦੇ ਆ ਤੇ ਕਈ ਵਾਰ ਇਸੇ ਨੈਟਵਰਕ ਦੀ ਪ੍ਰੋਬਲਮ ਆ ਜਾਂਦੀ ਹੁੰਦੀ ਆ ਇਸ ਕਰਕੇ ਥੋੜਾ ਧਿਆਨ ਨਾਲ ਤੇ ਹੁਣ ਆਪਾਂ ਜਾ ਰਹੇ ਆ ਗਰਾਊਂਡ -2 ਫਲੋਰ ਤੇ ਤੇ ਬਸ ਤੁਰਦੀ ਜਾ ਰਹੇ ਆ ਅੱਜ ਮੇਰਾ ਬੈਗ ਬਹੁਤ ਭਾਰਾ ਯਾਰ ਤੇ ਗਾਇਸ ਇੱਥੇ ਲੰਬੇ ਲੰਬੇ ਝੂਮਰ ਲੱਗੇ ਆ ਸੋ ਗਾਇਸ ਆਪਾਂ ਪਹੁੰਚ ਚੁੱਕੇ ਆ ਘਰ ਤੇ ਇੱਥੇ ਜਿੱਦਾਂ ਤੁਹਾਨੂੰ ਮੈਂ ਦੱਸਿਆ ਸੀ ਮੌਸਮ ਦਾ ਕੁਝ ਪਤਾ ਨਹੀਂ ਚੱਲਦਾ ਤੇ ਦੇਖੋ ਮੀਂਹ ਪੈ ਗਿਆ ਵਾ ਤੇ ਵਧੀਆ ਹੋਇਆ ਜੈਕਟ ਲੈ ਲਈ ਪਰ ਇਹ ਟੋਪੀ ਨਹੀਂ ਹੈਗੀ ਤੇ ਪਿੱਛੇ ਸਾਡੀ ਬੱਸ ਆਏ ਹੋਏ ਸਾਡੇ ਛੱਡ ਗਈ ਹੈ ਇੱਥੇ ਤੇ ਆਪਾਂ ਪਹੁੰਚ ਜਾਂਦੇ ਆ ਸਿੱਧਾ ਘਰ ਨੂੰ ਤੇ ਸੋਚਿਆ ਤਾਂ ਇੱਦਾਂ ਸੀਗਾ ਕਿ ਡੇਲੀ ਮਤਲਬ ਡੇਲੀ ਰੂਟੀਨ ਵਲੋਗ ਬਣਾਉਂਗੇ ਪਰ ਚਲੋ ਹੁਣ ਕਲਾਸਾਂ ਦਾ ਵੀ ਕੀ ਵਲੋਗ ਬਣਾਉਣਾ ਅਤੇ ਆਪਾਂ ਥੋੜ੍ਹੀ ਬਹੁਤੀ ਜਿਹੜੀ ਖਾਪਾਈ ਆ ਉਹ ਦਿਖਾਤੀ ਆ ਅਤੇ ਇਹ ਫਿਲਹਾਲ ਆਪਾਂ ਪਹੁੰਚ ਚੱਲੇ ਆ ਘਰ ਅਤੇ ਡੈਕਸਟ ਵੈਸੇ ਕਾਫੀ ਸੋਹਣਾ ਲੱਗ ਰਿਹਾ ਨਹੀਂ ਹਾਂ ਅਤੇ ਬਸ ਘਰ ਪਹੁੰਚ ਰਹੇ ਆ ਮੀਂਹ ਤੇਜ਼ ਹੋ ਰਿਹਾ ਮੈਂ ਦੌੜ ਹੀ ਲੈਣਾ ਮਾੜਾ ਆ ਅਤੇ ਫਿਰ ਆਪਾਂ ਘਰ ਜਾ ਕੇ ਦੇਖਦੇ ਹਾਂ ਕਿ ਕੀ ਪਲੈਨ ਆ ਅਤੇ ਜੇ ਨਹੀਂ ਪਲੈਨ ਹੋਣਾ ਫਿਰ ਰਾਤੀ ਵਲੋਗ ਐਂਡ ਕਰ ਦਾਂਗੇ ਐਜ਼ ਯੂਜੂਅਲ ਤੁਹਾਡੇ ਕਦੇ ਕੁਐਸਚਨ ਆਨਸਰ ਦੇ ਦਾਂਗੇ ਕਮੈਂਟ ਸੈਕਸ਼ਨ 'ਚ ਪੜ੍ਹ ਕੇ ਸੋ ਫਿਲਹਾਲ ਮੈਂ ਦੌੜ ਲਾਂ ਅਤੇ ਬਾਏ ਬਾਏ ਗਾਈਸ ਟੇਕ ਕੇਅਰ ਗੁੱਡ ਨਾਈਟ ਥੈਂਕਸ ਫੋਰ ਵਾਚਿੰਗ